ਅਕਾਲ, ਨਮਸਕਾਰ, ਆਦਾਬ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਤਾਂ ਦੋਸਤੋ, ਅੱਜ ਅਸੀਂ ਪਹੁੰਚੇ ਹੋਏ ਹਾਂ ਥੰਡਰ ਜ਼ੋਨ, ਜਿੱਥੇ ਤੇਰੀ ਮੇਰੀ ਜੋੜੀ ਮੂਵੀ ਦੀ ਜੋ ਹੈ ਸ਼ੂਟਿੰਗ ਚੱਲ ਰਹੀ ਹੈ। ਇਹ ਮੂਵੀ ਦੇ ਵਿੱਚੋਂ ਤੁਹਾਨੂੰ ਰੋਮਾਂਸ ਵੀ ਦੇਖਣ ਨੂੰ ਮਿਲੇਗਾ, ਕਾਮੇਡੀ ਵੀ ਦੇਖਣ ਨੂੰ ਮਿਲੇਗੀ। ਪਰ ਇਸ ਮੂਵੀ ਦੇ ਵਿੱਚ ਰੋਮਾਂਸ ਔਰ ਕਾਮੇਡੀ ਕੌਣ ਕਰ ਰਿਹਾ, ਮੈਂ ਤੁਹਾਨੂੰ ਰੂਬਰੂ ਕਰਾ ਦਿੰਦੀ ਹਾਂ। ਇਸ ਮੂਵੀ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਜੈਜ਼ੀ ਅਤੇ ਕਿੰਗ ਵੀ ਚੌਹਾਨ। ਅਤੇ ਨਾਲ ਦੀ ਨਾਲ ਤੁਹਾਨੂੰ ਮੈਂ ਵੀ ਦੱਸ ਦਿੰਦੀ ਹਾਂ ਕਿ ਇਸ ਮੂਵੀ ਨੂੰ ਡਾਇਰੈਕਟ ਕੀਤਾ ਆਦਿੱਤਿਆ ਜੀ ਨੇ, ਅਤੇ ਇਹਨਾਂ ਨੇ ਇਸ ਮੂਵੀ ਦੇ ਵਿੱਚ ਨਵੇਂ ਫੇਸਿਸ ਜੋ ਨੇ ਲਾਂਚ ਕੀਤੇ ਨੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰੂਬਰੂ ਕਰਾ ਦਿੰਦੀ ਹਾਂ। ਹਾਏ ਕਿੰਗ, ਹਾਊ ਆਰ ਯੂ? ਆਈ ਐਮ ਫਾਈਨ, ਵਾਟ ਅਬਾਊਟ ਯੂ? ਕੀ ਹਾਲ ਚਾਲ ਤੁਹਾਡਾ? ਠੀਕ ਠਾਕ? ਬਹੁਤ ਵਧੀਆ, ਬਹੁਤ ਵਧੀਆ। ਹਾਏ ਜੈਜ਼। Hi, how are you? I'm good, thank you. Okay, my first question is ki how was your experience in the Punjab? Yep. All my experiences in India have been amazing because I love India, but especially Punjab for me mainly because of the people. I've traveled all around India, but I've never met such lovely people, such helping people. Like, everyone wants to help me, and it just feels so great to be around like such a good group of people, and it just really makes you feel like you're at home. Okay, tell something about your character. What are you playing? Paddy's playing a character, obviously Western character from Canada. So she comes to India, and she's kind of like, she's so in love with Majnu, but there's a lot of twists and turns in the story, but you'll see when you watch the movie, so you have to watch it. nice. King, thoda character ki hai is movie de vich? ਬਸ ਜਿੱਦਾਂ ਭੈਣ ਜੀ ਉਹਨਾਂ ਨੇ ਕਿਹਾ, ਉਹਨਾਂ ਨੇ ਪੂਰੀ ਫਿਲਮ 'ਚ ਜਿਹੜਾ ਹੈਗਾ ਮੈਂ ਫਸਾਉਣਾ, ਅਤੇ ਮੇਰਾ ਕੰਮ ਹੈਗਾ ਉਹਨਾਂ ਨੂੰ ਫਸਾਉਣਾ। ਮਜਨੂੰ ਜਿਹੜਾ ਕਰੈਕਟਰ ਹੈ ਉਹ ਇੱਕ ਸਕੀਮੀ ਹੈ, ਥੋੜ੍ਹਾ ਜਿਹਾ ਰੂਡ ਹੈ, ਬਦਤਮੀਜ਼ ਹੈ, ਪਰ ਜਦੋਂ ਪਰੀ ਸਾਹਮਣੇ ਆਉਂਦਾ ਉਹ ਸ਼ਾਂਤ ਹੋ ਜਾਂਦਾ। ਬਸ ਉਹਦਾ ਜ਼ਿੰਦਗੀ 'ਚ ਪਰੀ ਨੂੰ ਇੰਨਾ ਪਿਆਰ ਕਰਦਾ, ਪਰੀ ਵਾਸਤੇ ਉਹ ਕੁਛ ਵੀ ਕਰ ਸਕਦਾ। ਉਹਦੇ ਲਈ ਅੰਗਰੇਜ਼ੀ ਸਿੱਖ ਰਿਹਾ। ਮਤਲਬ ਪਰੀ ਇਜ਼ ਟੂ ਲੱਕੀ। ਹੁਣ ਅਸੀਂ ਗੱਲ ਕਰਦੇ ਹਾਂ ਆਦਿੱਤਿਆ ਜੀ ਤੁਹਾਡੀ, ਤੁਸੀਂ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ, ਅਤੇ ਕੀ ਤੁਹਾਡੇ ਮਨ 'ਚ ਆਇਆ ਸੀ ਵੀ ਤੁਸੀਂ ਨਵੇਂ ਆਰਟਿਸਟ ਜੋ ਨੇ ਉਹਨਾਂ ਨੂੰ ਲਾਂਚ ਕਰ ਰਹੇ ਹੋ ਇਸ ਮੂਵੀ ਦੇ ਜ਼ਰੀਏ? ਓਬਵੀਅਸਲੀ ਜੀ, ਕਿ ਹੁਣ ਜਿਸ ਤਰ੍ਹਾਂ ਪੰਜਾਬੀ ਇੰਡਸਟਰੀ ਦੀ ਡਿਮਾਂਡ ਹੈਗੀ ਹੈ, ਕਿਉਂਕਿ ਆਰਟਿਸਟ ਤਾਂ ਹੁਣ ਜਿਸ ਤਰ੍ਹਾਂ ਸਿਨੇਮਾ ਗਰੋ ਕਰ ਰਿਹਾ, ਪੰਜਾਬੀ ਇੰਡਸਟਰੀ ਗਰੋ ਕਰ ਰਹੀ ਹੈ, ਸੋ ਮੇਰੇ ਖਿਆਲ 'ਚ ਨਵੇਂ ਚਿਹਰਿਆਂ ਨੂੰ ਹੋਰ ਲੋਕਾਂ ਨੂੰ ਆਉਣਾ ਚਾਹੀਦਾ, ਤੋ ਇਸ ਕਰਕੇ ਬਸ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਲੈ ਕੇ ਆਈਏ। ਹੁਣ ਤੁਸੀਂ ਮਿਲ ਤਾਂ ਲਈ ਉਹਨਾਂ ਨੂੰ, ਤੁਹਾਨੂੰ ਲੱਗ ਵੀ ਰਿਹਾ ਕਿ ਇਹ ਕਿਸ ਤਰ੍ਹਾਂ ਪੂਰੀ ਫਾਰਮ ਦੇ ਵਿੱਚ ਹੈਗੇ। ਸੋ ਆਈ ਥਿੰਕ ਆਡੀਅੰਸ ਵਿਲ ਸੀ ਦਾ ਨਿਊ ਫੇਸਿਸ ਵਿਦ ਦ ਨਿਊ ਟੈਲੈਂਟ। ਸੋ ਇਹ ਥੋੜ੍ਹਾ ਕੋਂਬੀਨੇਸ਼ਨ ਜਿਹੜਾ ਰੱਖਿਆ ਹੈਗਾ ਥੋੜ੍ਹਾ ਡਿਫਰੈਂਟ ਰੱਖਿਆ ਹੈਗਾ। ਅਗਰ ਤੁਸੀਂ ਇਸ ਦੀ ਗੱਲ ਕਰੀਏ ਜੈਜ਼ੀ ਦੀ, ਤੋ ਇਹ UK ਤੋਂ ਹੈ, ਬਟ ਇਹ ਪੰਜਾਬੀ ਬੜੀ ਅੱਛੀ ਬੋਲਦੀ ਪਈ ਹੈ। ਤੁਸੀਂ ਗਾਣਾ ਦੇਖਿਆ, ਗਾਣਾ ਦਾ ਲਿਪਸਿੰਗ ਕਰ ਰਹੀ ਹੈ ਜੈਜ਼ੀ, ਕੁਝ ਪੰਜਾਬੀ 'ਚ ਬੋਲ ਕੇ ਦਿਖਾ। ਤੇਰੀ ਭੈਣ ਦੀ ਵਾਲਾ ਕਰ। ਦੇਖੋ ਜੀ, ਸਾਡੀ ਉਮਰ ਦੇ ਵਿੱਚ ਸਿਰਫ ਫਾਦਰ ਬਣ ਸਕਦੇ ਹੁੰਦੇ ਨੇ, ਹੋਰ ਕੁਝ ਨਹੀਂ ਬਣ ਸਕਦੇ, ਤੇ ਮੈਂ ਹੀਰੋਨ ਦਾ ਫਾਦਰ ਹਾਂ। ਬਾਕੀ ਟਸਲ ਵੀ ਹੁੰਦੀ ਹੈ, ਉਸ ਤੋਂ ਬਾਅਦ ਹੀਰੋ ਜਿੱਤ ਜਾਂਦਾ ਹੁੰਦਾ। ਬਸ ਇਟਸ ਅ ਰੋਮ ਕੌਮ, ਵੈਰੀ ਗੁੱਡ ਫਿਲਮ। ਡਬਲ ਰੋਲ ਪਲੇ ਕਰ ਰਹੇ? ਹਾਂ, ਡਬਲ ਰੋਲ ਹੈ ਮੇਰਾ। ਸਰ ਤੁਸੀਂ ਡਬਲ ਰੋਲ? ਓਕੇ ਜੀ ਜੀ। ਅਤੇ ਆਦਿੱਤਿਆ ਜੀ ਬਾਰੇ ਇੱਕੋ ਗੱਲ ਕਹੂੰਗਾ ਕਿ ਹੀ ਇਜ਼ ਗੁੱਡ ਹਿਊਮਨ ਬੀਂਗ, ਪਲੱਸ ਹੀ ਇਜ਼ ਵੈਰੀ ਟੈਲੈਂਟਡ ਡਾਇਰੈਕਟਰ। ਮੈਂ ਪਹਿਲਾਂ ਵੀ ਕੰਮ ਕਰ ਚੁੱਕਿਆ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਜਿਗਰਾ ਇਹ ਦਿਖਾਉਂਦੇ ਨੇ ਉਹ ਕੋਈ ਦਿਖਾ ਨਹੀਂ ਸਕਦਾ। ਇਹ ਨਵੇਂ ਟੈਲੈਂਟ ਨੂੰ ਲੱਭ ਕੇ ਉਹਨਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪੇਸ਼ ਕਰ ਰਹੇ ਨੇ, ਲੈ ਕੇ ਆ ਰਹੇ ਨੇ, ਇਹਦੇ ਵਾਸਤੇ ਵੀ ਇੱਕ ਬਹੁਤ ਵੱਡਾ ਜਿਗਰਾ ਔਰ ਮੈਨੂੰ ਆਏ ਚਾਹੀਦਾ ਕਿ ਹਾਂ, ਆਈ ਸ਼ੁੱਡ ਡੂ ਇਟ ਐਂਡ ਆਈ ਕੈਨ ਡੂ ਇਟ। ਸਭ ਤੋਂ ਵੱਡੀ ਗੱਲ ਕੀ ਹੈ
ਕਿ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹੀਰੋ ਹੈਗੇ ਪੰਜ ਸੱਤ, ਉਹ ਸਾਰੇ ਹੀ ਇੰਨੇ ਬਿਜ਼ੀ ਨੇ ਸਾਡੀ ਇੰਡਸਟਰੀ ਦੇ ਵਿੱਚ। ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪੰਜ ਸੱਤ ਹੀਰੋ ਹੋਰ ਚਾਹੀਦੇ ਨੇ, ਜਿਸ ਤਰ੍ਹਾਂ ਫਿਲਮ ਇੰਡਸਟਰੀ ਆਪਣੀ ਹਿੰਦੀ ਦੀ ਹੈ, ਅਤੇ ਉਸ ਗੱਲ 'ਤੇ ਇਹਨਾਂ ਦਾ ਧਿਆਨ ਗਿਆ। ਔਰ ਮੈਂ ਦੇਖਿਆ ਕਿ ਦੋਨੋਂ ਹੀਰੋ ਜਿਹੜੇ ਨੇ ਬਹੁਤ ਟੈਲੈਂਟਡ ਨੇ, ਕੰਮ ਵਧੀਆ ਕੀਤਾ। ਇਹ ਕਿੰਗ ਨੇ, ਇੱਕ ਹਾਂ ਰੈਮੀ ਨੇ, ਇਹਨਾਂ ਨੇ ਜਿੰਨੇ ਵੀ ਸੀਨ ਕੀਤੇ ਨੇ ਬਹੁਤ ਵਧੀਆ ਕੀਤੇ ਨੇ। ਅਤੇ ਸ਼ਰਾਬੀ ਦਾ ਸੀਨ ਤਾਂ ਮੇਰੇ ਖਿਆਲ ਕਮਾਲ ਹੀ ਹੈ, ਅਤੇ ਉਹਦੇ ਵਿੱਚੋਂ ਤੁਹਾਨੂੰ ਇੱਕਦਮ ਹੀ, ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਦੇ ਲੈਵਲ ਦੀ ਗੱਲ ਕਰ ਰਿਹਾ, ਜਿਵੇਂ ਨਵਾਂ ਨਵਾਂ ਸ਼ਾਹਰੁਖ ਆਇਆ ਸੀ ਜਾਂ ਅਮਿਤਾਭ ਦੇ ਕੁਛ ਸੀਨ ਸ਼ਰਾਬੀ ਦੇ ਦੇਖੇ ਨੇ, ਓਨੀ ਮਜੋਰਟੀ ਇਸ ਉਮਰ 'ਚ ਲੈ ਕੇ ਆਉਣੀ। ਔਰ ਦੂਸਰੀ ਗੱਲ ਹੈ ਕਿ ਟੈਲੈਂਟਡ ਬੰਦਾ ਉਹੀ ਕਰ ਸਕਦਾ, ਅਤੇ ਇਸ ਲਈ ਇਹਨਾਂ ਦੀ ਨਜ਼ਰ ਨੇ ਦੋਨਾਂ ਹੀਰੋਆਂ ਨਾਲ ਔਰ ਜਿਹੜੀ ਕੁੜੀ ਹੈ ਇਹਦੇ ਵਿੱਚ ਟੈਲੈਂਟ ਦੇ ਕੇ ਇਹਨਾਂ ਨੂੰ ਪੇਸ਼ ਕੀਤਾ। ਇਹਦੇ ਲਈ ਮੈਂ ਖੁਸ਼ ਹਾਂ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦਾ ਜਿਹੜਾ ਸਟੈਪ ਹੈ ਬਹੁਤ ਘੱਟ ਲੋਕ ਲੈਂਦੇ ਨੇ, ਤੁਸੀਂ ਲਿਆ, ਮੁਬਾਰਕਬਾਦ। ਸਰ ਤੁਸੀਂ ਫੇਸਬੁੱਕ ਦੇ ਜ਼ਰੀਏ ਮਿਲੇ ਸੀ ਕਿੰਗ ਨੂੰ? ਇਹਨਾਂ ਨੂੰ ਲੋਕ ਜਾਣਦੇ ਨੇ ਜੀ ਫੇਸਬੁੱਕ ਦੇ ਜ਼ਰੀਏ। ਮੈਂ ਤਾਂ ਓਬਵੀਅਸਲੀ ਡਾਇਰੈਕਟਰ ਦਾ ਕਿਆ ਹੁੰਦਾ ਜੀ, ਡਾਇਰੈਕਟਰ ਓਬਵੀਅਸ ਲੁੱਕ ਫਾਰ ਦਾ ਆਪਸ਼ਨ। ਅਤੇ ਜਦ ਅਸੀਂ ਮੈਂ ਸਰਚ ਕਰ ਰਿਹਾ ਸੀਗਾ ਕਿ ਵੀ ਕਿਸ ਨਾਲ ਕੰਮ ਕਰੀਏ, ਸਕ੍ਰਿਪਟ ਰੈਡੀ ਸੀਗੀ ਪਰ ਕਾਸਟਿੰਗ ਵਾਸਤੇ ਥੋੜ੍ਹਾ ਜਿਹਾ ਮੁਸ਼ਕਿਲ ਹੋ ਰਿਹਾ ਸੀ। ਫਿਰ ਉਸ ਤੋਂ ਬਾਅਦ ਜਦ ਮੈਂ ਦੇਖਿਆ ਕਿ ਕਿੰਗ ਵੀ ਚੌਹਾਨ ਅਤੇ ਸੈਮੀ ਗਿੱਲ, ਲੋਕ ਮਤਲਬ ਆਡੀਅੰਸ ਅੱਜ ਵੀ ਸੈਮੀ ਨਾਜ ਦੇ ਤੁਸੀਂ ਫੇਸਬੁੱਕ 'ਤੇ ਜਾ ਕੇ ਇਹਨਾਂ ਨੂੰ ਸਰਚ ਕਰੋ, ਕਿੰਗ ਵੀ ਚੌਹਾਨ ਨੂੰ ਸਰਚ ਕਰੋ, ਸੋ ਪੀਪਲ ਨੋਜ਼ ਐਂਡ ਪੀਪਲ ਵਾਂਟਸ ਟੂ ਸੀ ਦੈਮ ਔਨ ਦਾ ਬਿਗ ਸਕਰੀਨ। ਸੋ ਮੈਂ ਸੋਚਿਆ ਕਿ ਯਾਰ ਹੁਣ ਜੋ ਫਿਲਮ ਅੱਛੀ ਹੈ ਤਾਂ ਕਿਉਂ ਨਾ ਨਵੇਂ ਚਿਹਰੇ ਤਾਂ ਚਲੋ ਫਿਲਮ ਵਾਸਤੇ ਹੈ, ਸਿਨੇਮਾ ਵਾਸਤੇ ਹੈ, ਅਦਰਵਾਈਜ਼ ਤਾਂ ਲੋਕ ਇਹਨਾਂ ਨੂੰ ਜਾਣਦੀ ਹੈ। ਅਤੇ ਇਹੀ ਡਿਸਾਈਡ ਕੀਤਾ ਕਿ ਲੈ ਕੇ ਆਈਏ, ਹੋਰ ਇਹਨਾਂ ਨੇ ਉਹ ਖਰੇ ਉਤਰੇ ਹੈ ਮੇਰੀ ਸੋਚ 'ਤੇ, ਅਤੇ ਥੈਂਕ ਯੂ ਜੀ ਕਿੰਗ ਵੀ ਚੌਹਾਨ। ਦੂਸਰਾ ਗੱਲ ਕੀ ਹੈ ਕਿ ਇਹਨਾਂ ਨੇ ਮਤਲਬ ਸਦਾ ਹੀ ਧਿਆਨ ਦਿੱਤਾ, ਪਹਿਲੀ ਫਿਲਮ ਵੀ ਕੀਤੀ ਪੁਰਾਣੀ ਐਸੋਸੀਏਸ਼ਨ ਨੇ, ਇੱਕ ਕੰਟੈਂਟ 'ਤੇ ਬਹੁਤ ਅੱਛਾ ਧਿਆਨ ਦਿੰਦੇ ਨੇ ਕਿ ਜੋ ਲੋਕ ਸਾਡੇ ਨਾ ਇੱਥੇ ਕੰਬੀਨੇਸ਼ਨ ਬਣਾਉਂਦੇ ਨੇ, ਆਹ ਹੀਰੋ ਲੈ ਲਓ, ਆਹ ਹੀਰੋਇਨ ਲੈ ਲਓ, ਦੇ ਆਰ ਮੇਕਿੰਗ ਕੰਬੀਨੇਸ਼ਨ, ਨੋਟ ਮੇਕਿੰਗ ਫਿਲਮਸ, ਨੋਟ ਮੇਕਿੰਗ ਸਿਨੇਮਾ। ਇਹ ਬੰਦੇ 'ਚ ਇਹ ਨਹੀਂ ਕਿ ਸਾਹਮਣੇ ਖੜਾ ਮੈਂ ਤਾਰੀਫ ਕਰ ਰਿਹਾ ਜਾਂ ਮਤਲਬ ਉਂਝੀ ਚੜਾ ਰਿਹਾ, ਨਹੀਂ, ਇਹਨੂੰ ਸਿਨੇਮਾ ਬਣਾਉਣਾ ਆਉਂਦਾ। ਹੀ ਇਜ਼ ਨੋਟ ਮੇਕਿੰਗ ਕੰਬੀਨੇਸ਼ਨ, ਹੀ ਇਜ਼ ਮੇਕਿੰਗ ਬਿਗ ਸਿਨੇਮਾ। ਔਰ ਇਹੋ ਜਿਹੇ ਡਾਇਰੈਕਟਰਾਂ ਦੀ ਵੀ ਸਾਡੀ ਪੰਜਾਬੀ ਇੰਡਸਟਰੀ 'ਚ ਰੋਲ ਹੈ। ਇਹਨਾਂ ਦੇ ਫਿਲਮ ਜਿਹੜੀ ਬਣਾਈ ਪਹਿਲੀ ਉਹਨੂੰ 4 ਸਾਲ ਹੋ ਗਏ, ਪਰ ਮੈਂ ਚਾਹੁੰਦਾ ਹਾਂ ਕਿ ਰੈਗੂਲਰ ਹਰ ਸਾਲ ਇੱਕ ਵਧੀਆ ਫਿਲਮ ਦੇਣ ਤਾਂ ਕਿ ਪੰਜਾਬੀ ਸਿਨੇਮਾ 'ਚ ਇਹਨਾਂ ਦਾ ਯੋਗਦਾਨ ਬਹੁਤ ਵੱਡਾ। ਆਪਾਂ ਦੂਸਰੀ ਫਿਲਮ ਵੀ ਆਪਣੀ ਸ਼ੁਰੂ ਹੋਈ ਹੈ ਮਈ ਦੇ ਵਿੱਚ, ਅਸੀਂ ਕਰ ਰਹੇ ਹਾਂ ਬਾਰੀ ਬਰਸੀ ਸੇਮ ਟੀਮ ਦੇ ਨਾਲ। ਸੋ ਦੋ ਫਿਲਮਾਂ ਹੁਣ ਬੈਕ ਟੂ ਬੈਕ ਹੈਗੀਆਂ। ਇਸ ਫਿਲਮ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਸਟਾਰਗਾਸ ਦੇਖੀ ਹੈ ਜੀ, ਜੋਗਰਾ ਜੀ ਵਗੈਰਾ ਉਹ ਨਾਲ ਮੇਰੇ ਖਿਆਲ ਵੀ ਜੁਆਇਨ ਕਰੇਂਗੇ, ਅਤੇ ਨਾਲ ਉਹਨਾਂ ਦਾ ਬੇਟਾ ਜੋਗਰਾ ਜੀ, ਜੋਗਰਾ ਸਿੰਘ ਜੀ ਦਾ ਵਿਕਟਰ, ਉਹ ਵੀ ਇਸ ਫਿਲਮ 'ਚ ਆਪਣਾ ਡੈਬਿਊ ਕਰ ਰਹੇ। ਸੋ ਮੇਰੇ ਖਿਆਲ ਇਹ ਇੱਕ ਡਿਫਰੈਂਟ ਫਿਲਮ ਹੋਏਗੀ ਲੋਕਾਂ ਨੂੰ, ਐਂਡ ਪੀਪਲ ਵਿਲ ਵਾਚ ਇਟ ਐਂਡ ਪੀਪਲ ਵਿਲ ਲਵ ਇਟ। ਸਰ ਤੇਰੀ ਮੇਰੀ ਜੋੜੀ ਟਾਈਟਲ ਕੀ ਸੋਚ ਕੇ ਰੱਖਿਆ, ਕਿਉਂਕਿ ਅੱਜ ਕੱਲ੍ਹ ਮੂਵੀਜ਼ ਜਿਵੇਂ ਆ ਰਹੀਆਂ ਨੇ ਮੈਰਿਜ ਬੇਸਡ ਹੁੰਦੀਆਂ ਨੇ ਜਾਂ ਫਿਰ ਕਾਮੇਡੀਅਨ ਹੁੰਦੀਆਂ ਨੇ, ਕਾਮੇਡੀ ਮੂਵੀਜ਼ ਹੁੰਦੀਆਂ ਨੇ, ਟਾਈਟਲ ਉਹਨਾਂ ਦੇ ਬੜੇ ਕ੍ਰੰਚੀ ਕ੍ਰਿਸਪੀ ਹੁੰਦੇ ਨੇ, ਤੇਰੀ ਮੇਰੀ ਜੋੜੀ ਤੁਸੀਂ ਕੀ ਸੋਚ ਕੇ ਰੱਖੀ? ਦੇਖੋ ਮੇਰਾ ਹਮੇਸ਼ਾ ਰੋਮਾਂਟਿਕ ਦੇ ਉੱਤੇ ਮੇਰੀ ਉਹ ਰਹੀ ਹੈ। ਪਹਿਲੀ ਫਿਲਮ ਸੀਗੀ ਹਾਂਜੀ ਮਰਜਾਮਾ ਗੁੜ ਖਾ ਕੇ, ਵਾਸ ਰੋਮਾਂਟਿਕ ਹੋਮ। ਸੈਕਿੰਡ ਸੀਗੀ ਓਏ ਹੋਏ ਪਿਆਰ ਹੋ ਗਿਆ, ਉਸ 'ਚ ਵੀ ਕੋਸ਼ਿਸ਼ ਕੀਤੀ ਕਿ ਵੀ ਅੱਛਾ ਅੱਛਾ ਇੱਕ ਰੋਮਾਂਸ ਦਿਖਾਇਆ ਜਾਵੇ। ਜਿਹੜੀ ਤੇਰੀ ਮੇਰੀ ਜੋੜੀ ਹੈ ਇਸ ਇਸ ਲਵ ਸਟੋਰੀ, ਬਟ ਇਟਸ ਨੋਟ ਓਨਲੀ ਲਵ ਸਟੋਰੀ ਬਿਟਵੀਨ ਬੋਇਜ਼ ਐਂਡ ਗਰਲਸ। ਸੋ ਇਹ ਲਵ ਸਟੋਰੀ ਦੇ ਵਿੱਚ ਇੱਕ ਫਾਦਰ ਔਰ ਬੇਟੇ ਦੀ ਵੀ ਲਵ ਸਟੋਰੀ ਹੈਗੀ ਹੈ ਤੇਰੀ ਮੇਰੀ ਜੋੜੀ, ਫਾਦਰ ਅਤੇ ਬੇਟੇ ਦੀ ਵੀ ਤੇਰੀ ਮੇਰੀ ਜੋੜੀ ਹੈ, ਬ੍ਰਦਰ ਅਤੇ ਸਿਸਟਰ ਦੀ ਵੀ ਜੋੜੀ ਹੈ, ਬੋਏਫ੍ਰੈਂਡ ਗਰਲਫ੍ਰੈਂਡ ਦੀ ਜੋੜੀ ਤਾਂ ਚਲੋ ਆਪਾਂ ਹਮੇਸ਼ਾ ਹੀ ਦੇਖਦੇ ਆ ਰਹੇ ਹਾਂ। ਸੋ ਜੋੜੀ ਆਫ ਦਾ ਰਿਲੇਸ਼ਨਸ਼ਿਪ ਉਹ ਇਸ ਫਿਲਮ 'ਚ ਦੇਖਣ ਨੂੰ ਮਿਲੇਗਾ। ਸੋ ਇਹ ਰਿਲੇਸ਼ਨਸ਼ਿਪ ਦੀ ਜੋੜੀ ਹੈ, ਤੇਰੀ ਮੇਰੀ ਜੋੜੀ ਸਿਰਫ ਇੱਕ ਲੜਕਾ ਅਤੇ ਲੜਕੀ ਦੀ ਨਹੀਂ ਹੈ, ਔਰ ਬਹੁਤ ਕਲਰਸ ਨੇ ਫਿਲਮ ਦੇ ਵਿੱਚ। ਅਗਰ ਤੁਸੀਂ ਫਿਲਮ ਦੇਖੋਗੇ ਤਾਂ ਮੇਰੇ ਕੋਲ ਪੰਜਾਬੀ ਸਿਨੇਮਾ ਨੂੰ ਕਲਰਸ ਦੇਖਣ ਨੂੰ ਮਿਲੇਂਗੇ, ਜਦ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਇੱਕ ਟੋਨ ਦੀ ਫਿਲਮ ਆ ਰਹੀ ਹੈ। ਸੋ ਇਹ ਕਲਰਸ ਜਿਹੜੇ ਹੈਗੇ ਆ, ਹੋਰ ਆਰਟ ਦਾ ਵਰਕ ਜਿਹੜਾ ਹੈਗਾ ਉਹ ਆਡੀਅੰਸ ਨੂੰ, ਆਡੀਅੰਸ ਵਿਲ ਲਵ ਇਟ। ਉਹ ਕੋਸ਼ਿਸ਼ ਕੀਤੀ ਹੈ ਕਿ
ਰੋਮਾਂਸ ਦੇ ਵਿੱਚ ਇਹਨਾਂ ਦਾ ਪਕੜ ਜ਼ਰਾ ਜ਼ਿਆਦਾ ਹੈ, ਕਿਉਂਕਿ ਖੁਦ ਵੀ ਰੋਮਾਂਟਿਕ ਨੇ ਐਜ਼ ਡਾਇਰੈਕਟਰ। ਤੁਸੀਂ ਇਹਨਾਂ ਦੇ ਮੂਵਮੈਂਟਸ ਦੇਖਿਓ, ਤੁਹਾਨੂੰ ਮਜ਼ਾ ਆਏਗਾ ਕਿ ਯਾਰ ਇੱਕ ਡਾਇਰੈਕਟਰ ਆਇਆ, ਉਹ ਬਹੁਤ ਵਧੀਆ ਕੰਮ ਕਰ ਰਿਹਾ ਰੋਮਾਂਸ ਦੇ ਉੱਤੇ। ਸੋ ਦੋਸਤੋ, ਮੈਂ ਤੁਹਾਨੂੰ ਦੱਸਦਾ ਕਿ ਇਸ ਮੂਵੀ ਦੇ ਵਿੱਚ ਆਰਟਿਸਟ ਤਾਂ ਤੁਹਾਡੇ ਨਾਲ ਗੱਲ ਕਰਵਾਤੀ ਮੈਂ ਸਾਰੇ ਆਰਟਿਸਟ ਦੇ ਨਾਲ, ਪਰ ਆ ਸਭ ਤੋਂ ਵੱਡੇ ਜਿਹੜੇ ਆਰਟਿਸਟ ਤੁਸੀਂ ਸਮਝ ਲਓ ਇਸ ਮੂਵੀ ਦੇ, ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ? ਅਜੀਤ। ਓਕੇ, ਤੁਸੀਂ ਕਿਸ ਤਰ੍ਹਾਂ ਦਾ ਕੈਰੈਕਟਰ ਪਲੇ ਕਰ ਰਹੇ ਹੋ ਇਸ ਮੂਵੀ 'ਚ? ਮੈਂ ਪਲੇ ਕਰ ਰਿਹਾ ਕਾਮੇਡੀ। ਓਕੇ, ਤੇ ਹੈਲਪ ਤੇ ਹੈਲਪਫੁਲ। ਓਕੇ, ਪਾਪਾ ਦੀ ਮੂਵੀ 'ਚ ਕੰਮ ਕਰ ਰਹੇ ਹੋ, ਕੋਈ ਕਾਮੇਡੀ ਡਾਇਲੋਗ ਯਾਦ ਆ ਤੁਹਾਨੂੰ? ਹਜੇ ਤਾਂ ਨਹੀਂ, ਬਟ ਫਿਲਮ ਦੇਖਣ ਆਏ ਹੋ, ਸਾਰਾ ਕੁਝ ਦਿਖ ਜਾਏਗਾ। ਸੋ ਸਵੀਟ ਆਫ ਯੂ, ਸੋ ਸਵੀਟ ਜੇਸ, ਆਈ ਐਮ ਕਮਿੰਗ ਟੂ ਯੂ, ਹੈਵ ਯੂ ਡਨ ਐਨੀ ਪੰਜਾਬੀ ਮੂਵੀ ਬਿਫੋਰ ਤੇਰੀ ਮੇਰੀ ਜੋੜੀ? I've actually never done any kind of movies before Teri Meri Jodi. This is the first time for me acting, but you know, it's just more than what I could ever imagine. You know, the team is just so amazing. They really, the amount of determination, the work, the long nights, the long days, I mean, everyone has just been absolutely, I could not ask for a better person to choose me. You know, I'm so lucky, and King's just amazing teaching me as well, and I'm really am so lucky. So sweet of you. King, ਤੁਸੀਂ artist ਤਾਂ ਹੋ ਬਹੁਤ ਅੱਛੇ, ਪਰ ਤੁਸੀਂ ਲੋਕਾਂ ਦਾ entertainment ਕਰਦੇ ਹੋ, social message ਦਿੰਦੇ ਹੋ ਲੋਕਾਂ ਨੂੰ, ਲੋਕਾਂ ਦੇ stress ਨੂੰ ਦੂਰ ਕਰਦੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਵੀ ਲੋਕ ਤੁਹਾਡੇ videos ਨੂੰ ਦੇਖ ਕੇ ਆਪਣਾ stress free ਹੁੰਦੇ ਨੇ, ਔਰ ਤੁਸੀਂ social message convey ਕਰਦੇ ਹੋ Facebook ਦੇ ਜ਼ਰੀਏ? ਬਹੁਤ ਰਿਸਪੋਂਸਿਬਿਲਟੀ ਵਾਲਾ ਕੰਮ ਹੈ ਕਿ ਤੁਸੀਂ ਇੱਕ ਸਾਰੇ ਬੰਦੇ ਜਿਹੜੇ ਘਰ ਆਉਂਦੇ ਨੇ ਸਟ੍ਰੈਸ ਫਰੀ ਕੰਮ ਤੋਂ ਆਉਂਦੇ, ਟੈਨਸ਼ਨਾਂ ਹੁੰਦੀਆਂ 100 ਤਰ੍ਹਾਂ ਦੀਆਂ ਲੋਕਾਂ ਨੂੰ, ਉਸ ਤੋਂ ਬਾਅਦ ਤੁਸੀਂ 3-4 ਮਿੰਟ ਤੜਕੋ ਹੁੰਦੇ ਨੇ ਆਪਣਾ ਟੈਲੈਂਟ ਦਿਖਾਉਣ ਲਈ, ਤਾਂ ਉਹਨਾਂ ਦਾ ਸਟ੍ਰੈਸ ਦੂਰ ਕਰਨ ਲਈ, ਉਹ ਬੈਲੈਂਸ ਬਹੁਤ ਜ਼ਰੂਰੀ ਹੈ। ਸੋ ਸਾਡੇ ਲਈ ਇਹ ਕਹਿ ਸੀ ਕਿ ਹੁਣ ਆਪਾਂ ਇਹ ਤਾਂ ਕਰ ਰਹੇ ਹਾਂ, ਨੈਕਸਟ ਕੀ ਹੈ, ਨੈਕਸਟ ਅਗਲਾ ਕੀ ਕਰੀਏ। ਉਸ ਤੋਂ ਬਾਅਦ ਫਿਰ ਜਦੋਂ ਦਿੱਤੇ ਭਾਈ ਦਾ ਸਾਡਾ ਹੋਇਆ, ਭਾਈ ਨੇ ਕੰਟੈਕਟ ਕੀਤਾ ਅਤੇ ਭਾਈ ਨੇ ਦੱਸਿਆ ਕਿ ਇੱਦਾਂ ਦਾ ਕਰਕੇ ਪ੍ਰੋਜੈਕਟ ਹੈਗਾ। ਸੋ ਸਾਡੇ ਲਈ ਇੱਕ ਬਹੁਤ ਵੱਡਾ ਜੰਪ ਸੀ, ਬਹੁਤ ਓਪਰਚੁਨਿਟੀ ਸੀ। ਸੋ ਹੁਣ ਸਾਨੂੰ ਬਹੁਤ ਰਿਲੀਫ ਹੈ। ਅਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਪੰਜਾਬੀ ਇੰਡਸਟਰੀ ਬਾਰੇ, ਕੰਟੈਂਟ ਜਿਹੜਾ ਨਾ, ਕੰਟੈਂਟ ਬਹੁਤ ਜ਼ਰੂਰੀ ਹੁੰਦਾ। ਐਂਡ ਦਿਸ ਮੂਵੀ, ਮੈਂ ਕਹਿੰਦਾ ਹਰ ਐਕਟਰ ਨੂੰ, ਪੰਜਾਬੀ ਇੰਡਸਟਰੀ ਦਾ ਕੋਈ ਵੀ ਐਕਟਰ ਹੈ, ਇੱਕ ਵਾਰੀ ਦਿੱਤਾ ਭਾਈ ਨਾਲ ਕੰਮ ਜ਼ਰੂਰ ਕਰੇ, ਪਤਾ ਲੱਗ ਜਾਏਗਾ ਕਿੱਦਾਂ ਹੁੰਦਾ। ਹੀ ਇਜ਼ ਨੋਟ ਅ ਡਾਇਰੈਕਟਰ, ਹੀ ਇਜ਼ ਅ ਇੰਸਟੀਟਿਊਸ਼ਨ। ਸੋ ਆਈ ਐਮ ਰੀਅਲੀ ਬਲੈਸਡ ਕਿ ਮੈਂ ਇਹਨਾਂ ਨਾਲ ਕੰਮ ਕਰ ਰਿਹਾ ਮੇਰੀ, ਕਿਉਂਕਿ ਸਾਹਮਣੇ ਖੜੇ ਨੇ, ਮੈਂ ਤਾਂ ਨਹੀਂ ਕਹਿ ਰਿਹਾ। ਰੀਜ਼ਨ ਬੀਂਗ ਕਿ ਤੁਸੀਂ ਫਸਟ ਮੂਵੀ ਡੈਬਿਊ ਜਿਹੜਾ ਹੁੰਦਾ ਨਾ, ਬਹੁਤ ਜ਼ਰੂਰੀ ਹੁੰਦਾ। ਉਸ ਤੋਂ ਬਾਅਦ ਬਾਬਾ ਸੁਖ ਰੱਖ ਕੇ ਕੰਮ ਚੱਲ ਹੀ ਪੈਂਦਾ, ਡੈਬਿਊ ਬੜਾ ਇੰਪੋਰਟੈਂਟ ਹੁੰਦਾ। ਅਤੇ ਡੈਬਿਊ 'ਚ ਜੇ ਤੁਹਾਨੂੰ ਉਹ ਚੀਜ਼ ਨਾ ਮਿਲੇ, ਇੱਕ ਸਟਾਰ ਪਾਰ ਨਾ ਮਿਲੇ, ਫਿਰ ਕੰਮ ਖਰਾਬ ਹੋ ਜਾਂਦਾ। ਸੋ ਮੈਨੂੰ ਤਾਂ ਫੀਲ ਹੋ ਰਿਹਾ ਕਿ ਹਾਂ ਵੀ ਸਟਾਰ ਵਾਲਾ ਰੋਲ ਹੈ। ਉਮੀਦ ਹੈ ਕਿ ਤੁਹਾਡੇ ਕੈਰੈਕਟਰ ਨੂੰ ਬਹੁਤ ਪਿਆਰ ਮਿਲੇਗਾ। ਹਾਂਜੀ ਸਰ। ਹਾਂ ਬੇਟਾ, ਮੈਂ ਦੱਸ ਰਿਹਾ ਸੀ ਕਿ ਕੋਈ ਵੀ ਐਕਟਰ ਨਿਊ ਕਮਰ ਜਦੋਂ ਆਉਂਦਾ, ਉਹ ਪਹਿਲੀ ਫਿਲਮ ਆਉਂਦੀ ਹੈ, ਪਰ ਕਦੇ ਵੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੀ ਦੂਜੀ ਫਿਲਮ ਕਦੋਂ ਆਏਗੀ, ਮਤਲਬ ਹਿੱਟ ਹੋਏਗੀ ਜਾਂ ਉਸ ਤੋਂ ਬਾਅਦ ਆਏਗੀ, ਸੈਕਿੰਡ ਫਿਲਮ ਦਾ ਪਤਾ ਹੀ ਨਹੀਂ ਹੁੰਦਾ। ਇਹ ਲੱਕੀ ਲੋਕ ਨੇ ਕਿ ਜਿਹਨਾਂ ਨੂੰ ਪਹਿਲੀ ਫਿਲਮ ਤਾਂ ਆਈ ਔਰ ਦੂਸਰੀ ਨਾਲ ਦੇ ਨਾਲ ਸੀ। ਇਹ ਹੁਣ ਅਦਿੱਤਿਆ ਭਾਜੀ ਦਾ ਅਹਿਸਾਨ ਤੁਸੀਂ ਭੁੱਲਣਾ ਨਹੀਂ। ਮੈਂ ਕਹਿੰਦਾ ਭੁੱਲ ਨਹੀਂ ਸਕਦੇ ਸੀ, ਨਹੀਂ ਅਹਿਸਾਨ ਤਾਂ ਮੈਨੂੰ ਮੰਨਣਾ ਚਾਹੀਦਾ, ਕੋਈ ਤਾਂ ਰੇਡੀ ਹੋਇਆ ਮੇਰੇ ਨਾਲ ਕੰਮ ਕਰਨ ਵਾਸਤੇ। ਯੋਗਰਾਜ ਜੀ ਆ ਗਏ ਨੇ, ਆ ਜਾਓ ਯੋਗਰਾਜ। ਸੋ ਦੋਸਤੋ, ਪੰਜਾਬੀ ਇੰਡਸਟਰੀ ਦਾ ਡਾਇਮੰਡ ਸਟਾਰ ਮੂਵੀ ਦੀ ਸਾਰੀ ਸਟਾਰਕਾਸਟ ਦੇ ਨਾਲ ਤਾਂ ਤੁਹਾਨੂੰ ਮੈਂ ਰੂਬਰੂ ਕਰਾ ਦਿੱਤਾ, ਪਰ ਇਸ ਮੂਵੀ ਨੂੰ 4 ਚੰਦ ਲਾਉਣੇ ਨੇ ਯੋਗਰਾਜ ਸਰ ਨੇ, ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾ ਦਿੰਦੇ। ਸਤਿ ਸ਼੍ਰੀ ਅਕਾਲ ਸਰ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ, ਇਹ ਜਿੰਨੇ ਅਲਫਾਜ਼ ਤੁਸੀਂ ਮੇਰੀ ਤਾਰੀਫ ਕੀਤੀ ਹੈ, ਮੈਨੇ ਜੋਗਾ ਹੈ ਨਹੀਂ ਸਰ, ਪਰ ਮੈਨੂੰ ਇਹ ਅਦਿੱਤਿਆ ਜੀ ਵਰਗੇ ਮਹਾਨ ਡਾਇਰੈਕਟਰਾਂ ਨੇ, ਰਾਈਟਰਾਂ ਨੇ ਮੈਨੂੰ
ਇਸ ਮੁਕਾਮ 'ਤੇ ਪਹੁੰਚਾਇਆ ਤਾਂ ਅੱਜ ਵੀ ਮੇਰੀ ਨਿਗਾਹ ਥੱਲੇ ਰਹਿੰਦੀ ਹੈ ਔਰ ਮੈਂ ਆਪਣਾ ਸਿਰ ਕਦੇ ਨਹੀਂ ਚੁੱਕਣਾ ਚਾਹੁੰਦਾ ਸੋ ਦੈਟ ਮੈਨੂੰ ਡਾਇਰੈਕਟਲੀ ਇਹਨਾਂ ਦੀ ਅੱਖ 'ਚ ਦੇਖਣਾ ਪਵੇ ਇਹੋ ਜਿਹੇ ਬੰਦਿਆਂ ਦੀ ਕਿਉਂਕਿ ਤਮਾਮ 48 ਸਾਲ ਦੀ ਉਮਰ ਦੇ ਵਿੱਚ 48 ਸਾਲ ਦੀ ਜਿਹੜੀ ਜਰਨੀ ਹੈ ਫਿਲਮਾਂ ਦੀ ਉਹਦੇ ਵਿੱਚ ਅਨੇਕਾਂ ਡਾਇਰੈਕਟਰ ਪ੍ਰੋਡਿਊਸਰਸ ਨੇ ਮੈਨੂੰ ਬੜਾ ਉਭਾਰਿਆ ਬੱਚੇ ਦੀ ਤਰ੍ਹਾਂ ਰੱਖਿਆ ਸੋ ਆਈ ਐਮ ਥੈਂਕਫੁਲ ਥੈਂਕ ਯੂ ਸੋ ਮੱਚ ਗੋਡ ਬਲੈਸ ਯੂ ਸਰ ਤੁਸੀਂ ਇਸ ਮੂਵੀ ਦੇ ਵਿੱਚ ਕਿਸ ਤਰ੍ਹਾਂ ਦਾ ਕੈਰੈਕਟਰ ਪਲੇ ਕਰ ਰਹੇ ਹੋ ਮੈਂ ਦਿੱਤਾ ਜੀ ਨਾ ਅੱਜ ਤੋਂ 8 ਸਾਲ ਪਹਿਲਾਂ ਫਿਲਮ ਕੀਤੀ ਸੀ ਓਏ ਹੋਏ ਪਿਆਰ ਹੋ ਗਿਆ ਜੀ 12 ਸਾਲ ਘਰ ਬੈਠੇ ਰਹੇ ਕਿਸੇ ਨੇ ਪੁੱਛਿਆ ਨਹੀਂ ਅਤੇ ਬੇਟਾ ਮੇਰਾ ਖੇਡ ਰਿਹਾ ਸੀ ਕਿਸੇ ਨੇ ਪੁੱਛਣਾ ਸੀ ਕਿਸੇ ਨੇ ਆ ਕੇ ਪਾਣੀ ਵੀ ਨਹੀਂ ਪੁੱਛਿਆ ਐਂਡ ਵਨ ਡੇ ਦਿੱਤਾ ਜੀ ਨੇ ਮੈਨੂੰ ਫੋਨ ਕੀਤਾ ਕਿ ਯੋਗਰਾਜ ਮੈਂ ਤੁਹਾਨੂੰ ਲੈਣਾ ਚਾਹੁੰਦਾ ਅਤੇ ਮੈਂ ਸ਼ਾਇਦ ਸਰ ਨੂੰ ਯਾਦ ਹੋਊਗਾ ਮੈਂ ਕਿਹਾ ਸਰ ਮੈਨੂੰ ਪਤਾ ਲੱਗਿਆ ਮੈਂ ਕੀ ਕਹਾਂ ਕਿਉਂਕਿ ਮੈਂ ਜ਼ਿੰਦਗੀ 'ਚ ਹਮੇਸ਼ਾ ਜੇ ਕਿਸੇ ਨੇ ਮੈਨੂੰ ਪਾਣੀ ਵੀ ਪਿਲਾਇਆ ਮੈਂ ਉਹ ਵੀ ਯਾਦ ਰੱਖਦਾ ਮੈਂ ਉਹਦਾ ਮੁਆਵਜ਼ਾ ਮੋੜ ਨਹੀਂ ਸਕਦਾ ਅਹਿਸਾਨ ਨਹੀਂ ਮੋੜ ਸਕਦਾ ਪਰ ਇਹ ਮੈਨੂੰ ਲੈ ਕੇ ਆਏ ਮੇਰਾ ਕਮਬੈਕ ਹੋਇਆ ਸਰ ਖੜ੍ਹੇ ਵੈਰੀ ਗ੍ਰੇਟਫੁਲ ਟੂ ਹਿਮ ਔਰ ਜਦ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਕੈਨੇਡਾ ਤੋਂ ਮੈਂ ਕਿਹੋ ਗੱਲ ਗਈ ਸੀ ਮੈਂ ਮੇਰਾ ਬੇਟਾ ਮੈਂ ਤੇਰਾ ਹਮਲਾ ਯੂ ਆਰ ਸਨ ਟੂ ਮੀ ਤੂੰ ਹੁਕਮ ਕਰੋ ਥੋੜ੍ਹਾ ਜਿਹਾ ਕੁਛ ਪ੍ਰੋਬਲਮ ਰਹੀਆਂ ਨੇ ਮੈਨੂੰ ਐਡਜਸਟ ਕਰ ਲਿਆ ਕਿਉਂਕਿ ਡੇਟਸ ਦੀ ਪ੍ਰੋਬਲਮ ਸੀ ਫਿਰ ਮੈਂ ਆਪਣੇ ਬੇਟੇ ਨੂੰ ਵਟਸਐਪ ਕੀਤਾ ਮੈਂ ਕਿਹਾ ਸਾਰਾ ਮਹੀਨਾ ਤੇਰੇ ਵਾਸਤੇ ਜਿੱਥੇ ਮਰਜ਼ੀ ਡਾਲ ਹੈ ਸੋ ਆਈ ਐਮ ਬਲੈਸਡ ਕਿ ਇਹਨਾਂ ਨੇ ਮੇਰਾ ਰੋਲ ਜਿਹੜਾ ਸੀਗਾ ਉਹ ਵਾਸਟ ਕਰ ਇੱਕ 90 ਸਾਲ ਦਾ ਬੰਦਾ ਸੀ ਫਿਰ ਮੇਕਅਪ ਡਿਸਕਸ ਕੀਤਾ ਉਹ ਮੇਕਅਪ ਲਾਇਆ ਉਸ ਮੇਕਅਪ ਦੇ ਜ਼ੋਨ 'ਚ ਉਸ ਓਲਡ ਫਾਦਰ ਕਿੱਦਾਂ ਸੋ ਸਾਰਾ ਕੁਛ ਐਂਡ ਵਰਕਿੰਗ ਵਿਦ ਹਿਮ ਵਿਦ ਦਿੱਤੇ ਇਜ਼ ਲਾਈਕ ਤੁਹਾਨੂੰ ਜੇ ਕੋਈ ਬਹੁਤ ਹੀ ਵਾਹੀਆਤ ਐਕਟਰ ਹੈ ਨਾ ਉਹਨੂੰ ਕੰਮ ਨਹੀਂ ਆਉਂਦਾ ਉਹ ਵੀ ਐਕਟਰ ਬਣ ਜਾਏ ਬਿਕੋਜ਼ ਹੀ ਟੈਲਸ ਯੂ ਐਵਰੀਥਿੰਗ ਦ ਵੇ ਇਟ ਇਜ਼ ਨਾਈਸ 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 ਸੋ ਦੋਸਤੋ ਇਸ ਮੂਵੀ ਦੇ ਵਿੱਚ ਯੋਗਰਾਜ ਸਰ ਦਾ ਛੋਟਾ ਬੇਟਾ ਯਾਨੀ ਕਿ ਯੂਵੀ ਦੇ ਬ੍ਰਦਰ ਵੀ ਆਪਣਾ ਡੈਬਿਊ ਕਰਨ ਜਾ ਰਹੇ ਨੇ ਮੈਂ ਵਿਸ਼ ਕਰਦੀ ਹਾਂ ਵੀ ਤੁਸੀਂ ਆਪਣੀ ਇੰਟਰੋ ਖੁਦ ਦਿਓ ਤਾਂ ਕਿ ਤੁਹਾਡੇ ਆਉਣ ਵਾਲੇ ਜਿਹੜੇ ਫੈਨਸ ਨੇ ਜਾਂ ਬਣਨ ਵਾਲੇ ਫੈਨਸ ਨੇ ਉਹਨਾਂ ਲਈ ਹਾਏ ਮੈਂ ਵਿਕਟਰੀ ਯੋਗਰਾਜ ਸਿੰਘ ਹਾਂ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਇਸ ਮੂਵੀ ਦੇ ਰਾਹੀਂ ਡੈਬਿਊ ਕਰਨ ਜਾ ਰਹੇ ਹੋ ਕਿਸ ਤਰ੍ਹਾਂ ਦਾ ਕੈਰੈਕਟਰ ਪਲੇ ਕਰ ਰਹੇ ਹੋ ਇਸ ਮੂਵੀ 'ਚ I think, I don't know if I could say much, but it's a very surprising, very versatile type of dynamic kind of a, you know, actor. ਮੇਰੇ ਖਿਆਲ 'ਚ ਇਸ ਵਾਰੀ ਪੰਜਾਬੀ ਇੰਡਸਟਰੀ ਨੂੰ ਤਿੰਨ ਬੜੇ ਸਟਾਰ ਮਿਲੇਗੇ ਇੱਕ ਕਿੰਗ ਬੀ ਚੌਹਾਨ ਸੈਮੀ ਗਿੱਲ ਐਂਡ ਦ ਥਰਡ ਇਜ਼ ਵਿਕਟਰ ਪੰਜਾਬੀ ਇੰਡਸਟਰੀ ਨੂੰ ਲੋੜ ਸੀਗੀ ਨਵੇਂ ਸਟਾਰ ਦੀ ਔਰ ਅੱਜ ਕਿੰਗ ਆ ਜਾਇਆ ਔਰ ਮੈਂ ਇੱਕ ਖੁਸ਼ੀ ਨਾਲ ਕਹਿੰਦਾ ਕਿ ਇੱਕ ਮੇਰਾ ਮੁੰਡਾ ਗਿਆ ਹੋਇਆ ਆਸਟ੍ਰੇਲੀਆ ਚਲਾ ਗਿਆ ਪਰ ਆ ਦੋ ਮੇਰੇ ਲੈਫਟ ਰਾਈਟ ਖੜ੍ਹੇ ਹੈ ਥੈਂਕ ਯੂ ਯੋਗਰਾਜ ਜੀ ਮੇਰੇ 'ਤੇ ਬਿਲੀਵ ਕੀਤਾ ਇਹਨਾਂ ਨੇ ਪਹਿਲੀ ਫਿਲਮ ਦੇ ਵਿੱਚ ਫਸਟ ਫਿਲਮ ਦੇ ਵਿੱਚ ਹੀ ਇਹਨਾਂ ਨੇ ਵਿਕਟਰ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਸੋ ਵਿਕਟਰ ਦਾ ਗੈਸਟ ਐਕਸਪੀਰੀਅੰਸ ਹੈ ਬਹੁਤ ਅੱਛਾ ਰੋਲ ਹੈ ਅਤੇ ਬਹੁਤ ਅੱਛਾ ਆਰਟਿਸਟ ਹੈ ਮੇਰੇ ਖਿਆਲ 'ਚ ਆਉਣ ਵਾਲੇ ਟਾਈਮ 'ਚ ਇੰਡਸਟਰੀ ਰੋਲ ਕਰੇਗਾ 100% ਪਾਪਾ ਦੇ ਨਾਲ ਕੰਮ ਕਰਕੇ ਕਿਵੇਂ ਦਾ ਲੱਗਾ ਵੈਰੀ ਵੈਰੀ ਐਂਗਸ਼ੀਅਸ ਆਪੋਜ਼ਿਟ ਨੇ ਦੋਨੋਂ ਮਤਲਬ ਅਗੇਂਸਟ ਦੋਨੋਂ ਅਗੇਂਸਟ ਨੇ ਪਰ ਆਉਣ ਵਾਲੇ ਫਿਊਚਰ 'ਚ ਅਸੀਂ ਇੱਕ ਫਿਲਮ ਹੋਰ ਪਲਾਨ ਕਰ ਰਹੇ ਹਾਂ ਅਤੇ ਉਹਦੇ ਵਿੱਚ ਇੱਕ ਹੋਰ ਨਵਾਂ ਰੂਪ ਵਿਕਟਰ ਦਾ ਦੇਖਣ ਨੂੰ ਮਿਲੇਗਾ ਡੈਫੀਨੇਟਲੀ ਨਾਲੇ ਇਹਨਾਂ ਦੇ ਫਾਦਰ ਜਿਹੜੇ ਨੇ ਉਹ ਵੈਸੇ ਇੰਸਟੀਟਿਊਸ਼ਨ ਨੇ ਉਹ ਜਦੋਂ ਕਾਲਜ ਦਾ ਪ੍ਰਿੰਸੀਪਲ ਵੀ ਖੜਾ ਹੋਵੇ ਨਾ ਉਹਦੇ ਸਾਹਮਣੇ ਬਿਲਕੁਲ ਵਧੀਆ ਕਰਕੇ ਆਉਂਦਾ ਪ੍ਰਿੰਸੀਪਲ ਉੱਥੇ ਦੱਸਣ ਲਈ ਵੀ ਆਉਂਦਾ
ਕਾਕਾ ਤੂੰ ਠੀਕ ਨਹੀਂ ਕਰ ਰਿਹਾ ਬਾਈ, ਯੋਗਰਾਜ ਜੀ ਨੂੰ ਜਾਣਦਾ ਉਹ ਬਹੁਤ ਮਤਲਬ ਕੋ ਐਕਟਰ ਨਾਲ ਬਹੁਤ ਹੈਲਪ ਕਰਦੇ, ਅਸੀਂ ਵੀ ਕੋਈ ਸੀਨ ਬਣਾਉਂਦੇ ਹਾਂ ਸਾਡੀ ਵੀ ਮਤਲਬ ਕੋਈ ਗੱਲ ਹੋਵੇ ਤਾਂ ਉਹ ਕਹਿੰਦੇ ਭਾਅ ਜੀ ਇੰਝ ਕਰ ਲਓ, ਤਾਂ ਇਹ ਇਜ਼ ਹੈਲਪਫੁਲ, ਤਾਂ ਇਹ ਬੱਚਾ ਦਾ ਨਵਾਂ ਅਤੇ ਇਹਦੇ ਲਈ ਤਾਂ ਹੈਲਪਫੁਲ ਹੈ ਹੀ। ਸਰ ਮੈਂ ਇਹ ਪੁੱਛਣਾ ਚਾਹੂੰਗੀ ਵੀ ਮੂਵੀ ਜੋ ਹੈ ਕਦ ਰਿਲੀਜ਼ ਹੋ ਰਹੀ ਹੈ? ਮੂਵੀ ਜੂਨ ਦੇ ਵਿੱਚ ਹੋ ਜਾਏਗੀ ਜੀ ਰਿਲੀਜ਼। ਓਕੇ, ਕੋਈ ਤਰੀਕ ਫਾਈਨਲ ਨਹੀਂ ਹੋਈ? ਹਾਲੇ ਤਰੀਕ ਫਾਈਨਲ ਨਹੀਂ ਹੋਈ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਇੰਡਸਟਰੀ ਗਰੋ ਕਰ ਰਹੀ ਹੈ ਔਰ ਕਾਫੀ ਮੂਵੀਜ਼ ਜੂਨ ਜੁਲਾਈ ਦੀਆਂ ਪਲਾਨ ਹੋਈਆਂ ਹੋਈਆਂ ਐਂਡ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਦੇ ਨਾਲ ਕਲੈਸ਼ ਕਰਾਂ, ਸੋ ਆਈ ਵਾਂਟ ਟੂ ਸੀ ਕਿ ਵੀ ਕਿਹੜੀ ਪਲੇਸ ਖਾਲੀ ਹੈ ਕਿਉਂ ਜੋਗਰਾ ਜੀ, ਅਤੇ ਅਸੀਂ ਜੋ ਇੰਨੀ ਅੱਛੀ ਫਿਲਮ ਬਣਾਈ ਹੈ, ਸੋ ਕੋਈ ਰਸ਼ ਨਹੀਂ ਹੈਗਾ ਮੈਨੂੰ, ਫਿਲਮ ਇਜ਼ ਕੰਪਲੀਟ, ਟੁਮਾਰੋ ਇਜ਼ ਅ ਲਾਸਟ ਡੇ, ਆਈ ਵਿਲ ਵੇਟ ਫੋਰ ਦਾ ਗੁੱਡ ਰਿਲੀਜ਼, ਗੁੱਡ ਡੇਟ ਜਿਹੜੀ ਮਿਲੇਗੀ ਅਸੀਂ ਉਸ ਟਾਈਮ ਰਿਲੀਜ਼ ਕਰਾਂਗੇ, ਜੂਨ 'ਚ ਨਹੀਂ ਆਈ ਜੁਲਾਈ 'ਚ ਆ ਜਾਂਗੇ, ਜੁਲਾਈ 'ਚ ਨਹੀਂ ਆਈ ਅਗਸਤ 'ਚ ਆ ਜਾਂਗੇ, ਬਟ ਅਸੀਂ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਪਿਆਰ ਨਾਲ ਫਿਲਮ ਬਣਾਈ ਹੈ ਤੇਰੀ ਮੇਰੀ ਜੋੜੀ, ਉਸੀ ਪਿਆਰ ਦੇ ਜੋਸ਼ ਨਾਲ ਫਿਲਮ ਰਿਲੀਜ਼ ਕਰਾਂਗੇ। ਥੈਂਕ ਯੂ ਸੋ ਮਚ। ਸੋ ਦੋਸਤੋ, ਤੇਰੀ ਮੇਰੀ ਜੋੜੀ ਦਾ ਪ੍ਰੋਪਰ ਪੈਕੇਜ ਤੁਹਾਨੂੰ ਜੂਨ ਦੇ ਵਿੱਚ ਦੇਖਣ ਨੂੰ ਮਿਲ ਜਾਏਗਾ। ਹਾਲੇ ਤਰੀਕ ਰਿਵੀਲ ਨਹੀਂ ਕੀਤੀ ਗਈ, ਯਾਨੀ ਕਿ ਹਾਲੇ ਤਰੀਕ ਕੋਈ ਫਾਈਨਲ ਨਹੀਂ ਹੋਈ, ਪਰ ਜਲਦੀ ਤੁਹਾਡੇ ਰੂਬਰੂ ਹੋ ਜਾਏਗੀ। ਸੋ ਤੁਸੀਂ ਤਿਆਰ ਹੋ ਸਿਨੇਮਾ ਘਰਾਂ ਦੇ ਵਿੱਚ ਰੌਕ ਕਰਨ ਦੇ ਲਈ, ਕਿਉਂਕਿ ਮੂਵੀ ਜੋ ਹੈ ਤੇਰੀ ਮੇਰੀ ਜੋੜੀ ਜਲਦ ਰੌਕ ਕਰਨ ਜਾ ਰਹੀ ਹੈ। ਸੋ ਤੁਸੀਂ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ, ਕੈਮਰਾਮੈਨ ਦਰਸ਼ਨ ਦੇ ਨਾਲ ਮਨਪ੍ਰੀਤ ਖੁੱਲਰ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤਾਂ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 9563 9563 'ਤੇ।